ਸਸ਼ਿਕਾ ਮੈਂ ਡਾਕਟਰ ਦੀਪਿੰਦਰ ਕੌਰ ਮੈਡੀਕਲ ਅਫਸਰ ਰਾਜ ਵਿੱਚ ਸਥਾਪਿਤ ਕੋਵਿਡ ਕੰਟਰੋਲ ਰੂਮ ਦੀ ਮੈਂਬਰ ਹਾਂ ਅੱਜ 179ਵੇਂ ਦਿਨ ਮੈਂ ਰਾਜ ਵਿੱਚ ਕੋਰੋਨਾ ਵਾਇਰਸ ਦੀ ਸਥਿਤੀ ਨੂੰ ਕੰਟਰੋਲ ਕਰਨ ਲਈ ਪੰਜਾਬ ਰਾਜ ਦੇ ਯਤਨਾਂ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲਈ ਹਾਜ਼ਰ ਹਾਂ ਹੁਣ ਤੱਕ ਵਿਸ਼ਵ ਭਰ ਵਿੱਚ ਇਸ ਮਹਾਮਾਰੀ ਨੇ 3,86,319 ਲੋਕਾਂ ਨੂੰ ਸੰਕ੍ਰਮਿਤ ਕੀਤਾ ਹੈ ਤੇ 9,45,962 ਲੋਕਾਂ ਦੀ ਮੌਤ ਦਾ ਕਾਰਨ ਬਣਿਆ ਹੈ ਪਰ ਲਗਭਗ 2,18,33,645 ਲੋਕ ਠੀਕ ਹੋ ਚੁੱਕੇ ਹਨ ਭਾਰਤ ਦੀ ਗੱਲ ਕਰੀਏ ਤਾਂ ਇਸ ਮਹਾਮਾਰੀ ਨੇ ਲਗਭਗ 51,28,918 ਲੋਕਾਂ ਨੂੰ ਹੁਣ ਤੱਕ ਸੰਕ੍ਰਮਿਤ ਕੀਤਾ ਹੈ ਜਿਸ ਵਿੱਚ 83,338 ਮੌਤਾਂ ਸ਼ਾਮਿਲ ਹਨ ਪਰ ਲਗਭਗ 40,29,525 ਲੋਕ ਠੀਕ ਹੋ ਚੁੱਕੇ ਹਨ ਪੰਜਾਬ ਵਿੱਚ ਰਾਜ ਸਰਕਾਰ ਨੇ ਟੈਸਟ ਲਈ ਹੁਣ ਤੱਕ 14,96,340 ਨਮੂਨੇ ਲੈਬ ਵਿੱਚ ਭੇਜੇ ਹਨ ਜਿਨ੍ਹਾਂ ਵਿੱਚੋਂ ਹੁਣ ਤੱਕ 90,032 ਨਮੂਨੇ ਪੋਜ਼ਿਟਿਵ ਪਾਏ ਗਏ ਹਨ ਜੋ ਕਿ ਕੱਲ੍ਹ ਦੀ ਗਿਣਤੀ ਨਾਲੋਂ 2,896 ਵੱਧ ਹਨ ਬਦਕਿਸਮਤੀ ਨਾਲ ਹੁਣ ਤੱਕ ਰਾਜ ਵਿੱਚ 2,646 ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ 65,818 ਲੋਕ ਠੀਕ ਹੋ ਕੇ ਘਰ ਜਾ ਚੁੱਕੇ ਹਨ ਹੁਣ ਪੰਜਾਬ ਵਿੱਚ ਐਕਟਿਵ ਕੇਸਾਂ ਦੀ ਗਿਣਤੀ 21,568 ਹੈ ਸੂਬੇ ਵਿੱਚ ਦਿਨੋਂ ਦਿਨ ਵੱਧ ਰਹੇ ਕੋਰੋਨਾ ਵਾਇਰਸ ਦੇ ਮਾਮਲੇ ਅਤੇ ਮੌਤਾਂ ਆਪਣੇ ਸਾਰਿਆਂ ਲਈ ਬਹੁਤ ਗੰਭੀਰ ਚਿੰਤਾ ਦਾ ਵਿਸ਼ਾ ਹੈ ਇਸ ਲਈ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਸਰਕਾਰ ਵੱਲੋਂ ਜਾਰੀ ਕੀਤੇ ਜਾਂਦੇ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰੋ ਮਿਸ਼ਨ ਫਤਿਹ ਨੂੰ ਕਾਮਯਾਬ ਬਣਾਓ ਕੋਵਿਡ-19 ਵਿਰੁੱਧ ਲੜਾਈ ਵਿੱਚ ਤੁਹਾਡੇ ਸਹਿਯੋਗ ਲਈ ਸਾਰਿਆਂ ਦਾ ਧੰਨਵਾਦ।